ਪਾਰਟੀ ਛੱਡ ਕੇ ਲੋਕ ਇਨਸਾਫ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਮੈਂ ਜਿਵੇਂ ਆਖਦਾ। ਔਰ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਜਿਹੜੀ ਭਾਵਨਾ ਸਦਕਾ ਤੁਸੀਂ ਅੱਜ ਲੋਕ ਇਨਸਾਫ ਪਾਰਟੀ 'ਚ ਸ਼ਮੂਲੀਅਤ ਕੀਤੀ ਆ, ਤੁਹਾਡੀ ਭਾਵਨਾ ਦਾ ਰਿਸਪੈਕਟ ਅਤੇ ਸਤਿਕਾਰ ਮੇਰੇ ਸਮੇਤ ਜਿੰਨੇ ਅਹੁਦੇਦਾਰ ਲੋਕ ਇਨਸਾਫ ਪਾਰਟੀ ਦੇ ਆ ਸਾਰੇ ਕਰਨਗੇ। ਔਰ ਇਹਨਾਂ ਦੀ ਡਿਊਟੀ, ਇਹਨਾਂ ਦੀ ਜ਼ਿੰਮੇਵਾਰੀ ਬਹੁਤ ਵੱਡੀ ਪੱਧਰ 'ਤੇ ਅੱਜ ਬਲ ਮਿਲਿਆ, ਲੋਕ ਇਨਸਾਫ ਪਾਰਟੀ ਨੂੰ ਸ਼ਕਤੀ ਮਿਲੀ ਹੈ। ਇਹਨਾਂ ਦੀ ਡਿਊਟੀ ਵੱਡੇ ਪੱਧਰ ਦੇ ਉੱਤੇ ਚੰਗੀਆਂ ਵੱਡੀਆਂ ਸੇਵਾਵਾਂ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਅਨਾਊਂਸ ਕਰਾਂਗੇ। ਬਹੁਤ ਵੱਡਾ ਅੱਜ ਕਾਂਗਰਸ ਪਾਰਟੀ ਦਾ ਕਾਊਂਟਡਾਊਨ ਸਟਾਰਟ ਹੋਇਆ। ਅਸਲ ਦੇ ਵਿੱਚ ਐਂਟੀ ਇਨਕੰਬੈਂਸੀ, ਤੁਹਾਡਾ ਸਾਰਿਆਂ ਦਾ ਤਜਰਬਾ, ਲੋਕ ਸਭਾ ਤੋਂ ਬਾਅਦ ਤੁਹਾਨੂੰ ਯਾਦ ਹੋਊਗਾ 2014 ਦੇ ਵਿੱਚ ਲੋਕ ਸਭਾ ਦੀ ਇਲੈਕਸ਼ਨ ਤੋਂ ਬਾਅਦ ਬਾਦਲਾਂ ਦਾ ਪੁੱਠੀ ਗਿਣਤੀ ਸਿਸਟਮ ਚਾਲੂ ਹੋਇਆ ਸੀ ਅਤੇ 2019 ਦੀ ਲੋਕ ਸਭਾ ਤੋਂ ਬਾਅਦ ਕਾਂਗਰਸ ਦੀ ਪੁੱਠੀ ਗਿਣਤੀ ਸਟਾਰਟ ਹੋਈ ਹੈ। ਪੁੱਠੀ ਗਿਣਤੀ ਸਟਾਰਟ ਕਰਨ ਵਾਲਿਆਂ ਦੇ ਵਿੱਚ ਸਨੀ ਕੈਨ ਦਾ ਨੰਬਰ 1 'ਤੇ ਨਾਮ ਆਏਗਾ ਹਮੇਸ਼ਾ। ਸੋ ਮੈਂ ਨਵਜੋਤ ਸਿੱਧੂ ਹੋਰਾਂ ਦੀ ਚੁੱਪੀ ਅਤੇ ਖਾਮੋਸ਼ੀ ਹੈ ਆਉਣ ਵਾਲੇ ਇੱਕ ਤੂਫਾਨ ਦਾ ਸੰਕੇਤ ਕਰਦੀ ਹੈ। ਨਵਜੋਤ ਸਿੰਘ ਸਿੱਧੂ, ਬੈਂਸ ਬ੍ਰਦਰ ਅਤੇ ਪ੍ਰਗਟ ਸਿੰਘ, ਤੁਹਾਨੂੰ ਯਾਦ ਹੋਊਗਾ ਵਾਦੇ ਪੰਜਾਬ ਬਣਾਇਆ ਸੀ। ਮੈਂ ਸਿੱਧੂ ਸਾਹਿਬ ਨੂੰ ਉਹਨਾਂ ਦਿਨਾਂ ਦੇ ਵਿੱਚ ਇੱਕ ਗੱਲ ਕਹੀ ਸੀ ਵੀ ਸਿੱਧੂ ਸਾਹਿਬ ਤੁਹਾਡੀ ਦਾਲ ਨਹੀਂ ਗਲਣੀ ਕਿਤੇ, ਬੀਜੇਪੀ ਜੋ ਤੁਸੀਂ ਬਾਹਰ ਆ ਗਏ, ਮਤ ਜਾਓ ਕਾਂਗਰਸ ਦੇ ਅੰਦਰ। ਕਾਂਗਰਸ ਚਿੱਕੜ ਦੇ ਨਾਲ ਭਰੀ ਹੋਈ ਪਾਰਟੀ ਹੈ, ਉਹ ਪਾਰਟੀ ਜਿਨ੍ਹਾਂ ਨੇ ਵਰਲਡ ਦੀ ਹਿਸਟਰੀ ਬਣਾਤੀ ਸਕੈਮ ਕਰਨ ਦੇ ਵਿੱਚ, ਇਤਿਹਾਸ ਬਣਾਤਾ ਸਕੈਮ ਕਰਨ ਦੇ ਵਿੱਚ, ਠੱਗੀਆਂ ਮਾਰਨ ਦੇ ਵਿੱਚ, ਤੁਹਾਡੀ ਦਾਲ ਨਹੀਂ ਗਲਣੀ। ਮੈਂ ਅੱਜ ਨਵਜੋਤ ਸਿੱਧੂ ਨੂੰ ਤੁਹਾਡੇ ਜ਼ਰੀਏ ਫਿਰ ਅਪੀਲ ਕਰੂੰਗਾ, ਵਾਪਸ ਆ ਜਾਓ। ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਵਾਪਸ ਆ ਜਾਓ, ਉਹਨੂੰ ਭੁੱਲਿਆ ਨਹੀਂ ਗਿਣਦੇ। ਸਵੇਰ ਦਾ ਭੁੱਲਿਆ ਸ਼ਾਮੀ ਘਰੇ ਵਾਪਸ ਆ ਜਾਓ, ਉਹਨੂੰ ਭੁੱਲਿਆ ਨਹੀਂ ਗਿਣਦੇ। 2022 ਦੇ ਵਿੱਚ ਸਿੱਧੂ ਸਾਹਿਬ ਪੰਜਾਬ ਦਾ ਆਵਾਮ ਤੁਹਾਨੂੰ ਮੁੱਖ ਮੰਤਰੀ ਬਣਾਊਗਾ। ਵਾਪਸ ਆਓ ਤੁਸੀਂ ਕਾਂਗਰਸ ਪਾਰਟੀ ਛੱਡ ਕੇ।